ਹੋਣਾ ਜਨਾਬ ਮੈਂ ਹੁਣ ਆਇਆ 올ਡ ਗੋਆ ਦੇ ਵਿੱਚ ਐਨੀ ਸੋਹਣੀ ਚਰਚ ਆਪਾਂ ਬਹੁਤ ਫਿਲਮਾਂ 'ਚ ਦੇਖਿਆ ਹੋਣਾ ਇਹਨੂੰ ਅਤੇ ਇਸ ਕਰਕੇ ਮੇਰੇ ਹੋਸਟਲ ਤੋਂ ਇਹ ਇੱਕ ਘੰਟੇ ਦੀ ਰਾਈਡ 'ਤੇ ਸੀਗਾ ਪੁਰਾਣਾ ਤਾਂ ਬੰਦ ਜੀ ਇੱਥੇ ਟੂਰਿਸਟ ਅਟਰੈਕਸ਼ਨ ਏਰੀਆ ਆ ਅਤੇ ਚਲੋ ਹੁਣ ਆਪਾਂ ਚਰਚ ਦੇਖਦੇ ਹਾਂ ਇਹ ਐਕਚੁਅਲੀ ਮੇਰੀ ਪਹਿਲੀ ਚਰਚ ਆ ਯਾਰ ਗੋਆ ਦੇ ਵਿੱਚ ਮੈਂ ਹਜੇ ਤੱਕ ਇੱਕ ਵੀ ਚਰਚ 'ਚ ਨਹੀਂ ਗਿਆ ਸੀ ਅਤੇ ਆਈ ਥਿੰਕ ਇਟਸ ਅ ਗੁੱਡ ਥਿੰਗ ਟੂ ਡੂ ਐਂਟਰੀ ਯਾਰ ਹਜੇ ਬੰਦ ਆ ਅਤੇ 3 ਤੋਂ ਲੈ ਕੇ 5 ਵਜੇ ਤੱਕ ਅਤੇ ਫਿਲਹਾਲ 2 ਵਜੇ ਆ ਅਤੇ ਮੀਨ ਟਾਈਮ ਮੈਂ ਫਿਰ 올ਡ ਗੋਆ ਹੀ ਘੁੰਮ ਲੈਂਦਾ ਲਓ ਜਨਾਬ ਹੁਣ ਆਪਾਂ ਪਹੁੰਚੇ ਹਾਂ 올ਡ ਗੋਆ ਦੋ ਚਰਚ ਆ ਇੱਥੇ ਸਭ ਤੋਂ ਪਹਿਲਾਂ ਅਸੀਂ ਐਕਸਪਲੋਰ ਕਰਦੇ ਹਾਂ ਇੱਕ ਤਾਂ ਹੋ ਗਈ ਆਹ ਵਾਲੀ ਬਹੁਤ ਹੀ ਜ਼ਿਆਦਾ ਪੁਰਾਣੀ ਬਿਲਡਿੰਗ ਹੈ ਇਹ ਮੈਂ ਫਿਗਰ ਆਊਟ ਕਰਦਾ ਇਸ ਬਾਰੇ ਜੀਰੋ ਨੌਲੇਜ ਆ ਟੂ ਬੀ ਆਨਸ ਇੱਕ ਰਹੀ ਦੂਸਰੀ ਸਾਈਡ 'ਤੇ ਉਹ ਵਾਲੀ ਚਰਚ ਅਤੇ ਗਰਮੀਆਂ ਚਲੇ ਪੀਕ 'ਤੇ ਆ ਚਲੋ ਕੋਈ ਨਹੀਂ ਲਓ ਜਨਾਬ ਜੋ ਤੁਸੀਂ 올ਡ ਗੋਆ ਆਉਂਦੇ ਆ ਤਾਂ ਚਰਚ ਦੇਖਣ ਵਾਲੀ ਆ ਇਹ ਪੁਰਤਗਾਲੀਆਂ ਨੇ ਬਣਾਈ ਸੀਗੀ 1605 ਦੇ ਵਿੱਚ ਅਤੇ ਬੜੀ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਯਾਰ ਇਹਨੂੰ ਕੁਛ ਵੀ ਨਹੀਂ ਹੋਇਆ ਇਹਦੇ ਉੱਪਰ ਜਿਹੜੀ ਕਾਰੀਗਰੀ ਮਾਰੀ ਗਈ ਆ ਹੋਰ ਵੀ ਜ਼ਬਰਦਸਤ ਚਲੋ ਹੁਣ ਆਪਾਂ ਅੰਦਰ ਦੇਖਦੇ ਹਾਂ ਕਿੱਦਾਂ ਦੀ ਹੈ Just look at this bro, just stunning my, absolutely stunning. ਅੱਛਾ ਅਤੇ ਉਹ ਰਹੀ ਐਗਜ਼ਿਟ ਹੁਣ ਆਪਾਂ ਜਿਹੜੀ ਚਰਚ ਦੇ ਅੰਦਰ ਸੀਗੇ ਅਤੇ ਇਹਨਾਂ ਨੇ ਪਿੱਛੇ ਆ ਬੈਕਯਾਰਡ ਗਾਰਡਨ ਦੇ ਵਿੱਚ ਥੋੜ੍ਹਾ ਜਿਹਾ ਸਟੋਰੀ ਬਣਾਈ ਹੋਈ ਹੈ ਹੋ ਰਹੀ ਉਹ ਚਰਚ ਜਿਹਦੇ ਮੋਰੇ ਆਪਾਂ ਹੁਣੀ ਹੁਣੀ ਘੁੰਮ ਰਹੇ ਸੀਗੇ ਅਤੇ ਫਿਰ ਇੱਧਰ ਆਏ ਅਤੇ ਇੱਥੇ ਇੱਕ ਮਿਊਜ਼ੀਅਮ ਦਿਖਿਆ ਮੈਨੂੰ 10 ਰੁਪਏ ਐਂਟਰੀ ਹੈ ਮੈਂ ਕਿਹਾ ਚਲੋ ਆਈ ਗਈ ਬੇਟਾ ਗੋ ਬ੍ਰੋ ਇਹ ਰਹੀ ਜਨਾਬ ਪੁਰਤਗਾਲੀਆਂ ਦੀ ਇੰਡੀਅਨ ਕਰੰਸੀ ਇਹਨਾਂ ਨੇ ਕਹਿੰਦੇ ਸ਼ੁਰੂ ਕੀਤੀ ਸੀ ਵੀ ਇਹ 1510 ਦੇ ਵਿੱਚ ਇੰਡੀਆ ਦੇ ਵਿੱਚ ਸਮਥਿੰਗ ਵੈਰੀ ਇੰਟਰਸਟਿੰਗ ਟੂ ਨੋ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਕਦੀ ਕਰੰਸੀ ਵੀ ਸ਼ੁਰੂ ਕੀਤੀ ਸੀ ਲਓ ਜਨਾਬ ਅਤੇ ਇਸੀ ਦੇ ਨਾਲ ਫਿਰ ਮਿਊਜ਼ੀਅਮ ਖਤਮ ਹੋ ਗਿਆ ਇਹ ਰਹੀ ਚਰਚ ਨੰਬਰ 2 ਅਤੇ ਇੱਥੇ ਸੀਟਸ ਵਗੈਰਾ ਵੀ ਨਹੀਂ ਹੈਗੀਆਂ ਜਿੱਦਾਂ ਦੂਸਰੀ ਚਰਚ ਵਿੱਚ ਸੀਗੀਆਂ ਵਧੀਆ ਰਿਹਾ ਅੱਜ ਥੋੜ੍ਹਾ ਇੰਟਰਸਟਿੰਗ ਹੋਇਆ ਜਿੱਦਾਂ ਚਰਚ ਵਗੈਰਾ ਦੇਖੀਆਂ ਜਾਂ ਇੱਧਰ ਉੱਧਰ ਦੋ ਚਰਚ ਦੇਖ ਲਈਆਂ ਰੈਸਟੋਰੈਂਟਸ ਹੋ ਗਏ ਇੱਕ ਸੀਗਾ ਇੱਥੇ ਵਾਟਰਫਾਲ ਇਹਦੇ ਨਜ਼ਦੀਕ ਪਰ ਕਿਉਂਕਿ ਹੁਣ 5 ਵੱਜਣ ਵਾਲੇ ਹੋ ਗਏ ਅਤੇ ਉਸ ਤੋਂ ਬਾਅਦ ਹਨੇਰਾ ਬਹੁਤ ਜਲਦੀ ਹੋ ਜਾਣਾ ਫਿਰ ਔਖਾ ਹੋ ਜਾਣਾ ਕੰਮ ਕਾਫੀ ਵਧੀਆ ਲੱਗਾ ਯਾਰ ਇੱਥੇ ਆ ਕੇ ਦੇਖ ਕੇ ਕਿ ਹਿਸਟਰੀ ਗੋਆ ਦੀ ਹਿਸਟਰੀ ਵੀ ਜਾਣਨਾ ਜ਼ਰੂਰੀ ਆ ਵਾਸਕੋ ਡਗਾਮਾ ਤੋਂ ਲੈ ਕੇ ਹੁਣ ਤੱਕ ਇੱਥੇ ਕੀ ਚੇਂਜਸ ਹੋਏ ਆ ਅੱਜ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਆ ਨੋਰਮਲ ਨਾਲੋਂ ਯਾਰ ਲੱਗ ਰਿਹਾ ਕਿ ਸ਼ਾਇਦ ਮੀਂਹ ਪਵੇ ਪਰ ਉਸ ਤੋਂ ਪਹਿਲਾਂ ਜਿਹੜੀ ਹਿਊਮਿਡਿਟੀ ਲੈਵਲ ਆ 5-10 ਮਿੰਟ ਤੋਂ ਬਾਅਦ ਹੀ ਮਤਲਬ ਡਰਿੰਕ ਦੀ ਜ਼ਰੂਰਤ ਮਹਿਸੂਸ ਹੁੰਦੀ ਆ ਮੈਂ ਇੱਧਰ ਆਇਆ ਯਾਰ ਸਾਊਥ ਇੰਡੀਅਨ ਰੈਸਟੋਰੈਂਟ 'ਚ ਔਡਰ ਤਾਂ ਮੈਂ ਕਰਨਾ ਚਾਹੁੰਦਾ ਚਿਕਨ ਉਹ ਆਇਆ ਮੇਰੇ ਕੋਲ ਮੈਂ ਕਿਹਾ ਸਰ ਇੱਕ ਚਿਕਨ ਕਰ ਦਿਓ ਪਲੀਜ਼ ਕਹਿੰਦਾ ਕਿਉਂ ਮੈਂ ਕਿਹਾ ਖਾਣਾ ਹੈ ਕਹਿੰਦਾ ਨਹੀਂ ਨਹੀਂ ਕਹਿੰਦਾ ਡਿਨਰ ਜੀ ਹੋਊਗਾ ਰਾਤੀ 7 ਵਜੇ ਤੋਂ ਬਾਅਦ ਮੈਂ ਕਿਹਾ ਠੀਕ ਆ ਫਿਰ ਮੈਂ ਹੁਣ ਆ ਜਿਹੜੇ ਟਿਪੀਕਲ ਸਾਊਥ ਇੰਡੀਅਨ ਆਈਟਮਸ ਹੁੰਦੀਆਂ ਨਾਲ ਸਾਂਬਰ ਵੜਾ ਇਡਲੀ ਅਤੇ ਕੋਕੋਨਟ ਚਟਨੀ ਆਈ ਥਿੰਕ ਸਾਂਬਰ ਬਸ ਇਹ ਟਰਾਈ ਕਰਦੇ ਹਾਂ ਅਤੇ ਹੁਣ ਮੈਂ ਆਇਆ ਯਾਰ ਇੱਥੇ ਕਸੀਨੋ ਦੇਖਣ ਅਤੇ ਇਹਨਾਂ ਨੇ ਤਾਂ ਕਰੂਸ ਵਗੈਰਾ ਬਣਾਏ ਹੋਏ ਜਿੱਦਾਂ ਇੱਕ ਹੋ ਰਿਹਾ ਆ ਰਿਹਾ ਇੱਕ ਆ ਰਿਹਾ ਅਤੇ ਹਾਂ ਉੱਥੋਂ ਤੁਸੀਂ ਐਂਟਰੀ ਕਰ ਸਕਦੇ ਹਾਂ ਉਸ ਰੋਡ ਤੋਂ ਅੰਦਰ ਜਾ ਕੇ ਇਹਦੀ 2000 ਫੀਸ ਆ ਅਤੇ ਵਿੱਚ ਇਹਦੇ ਵਿੱਚ ਤੁਹਾਨੂੰ 1000 ਦੇ ਚਿਪਸ ਮਿਲ ਜਾਣੇ ਖੇਡਣ ਲਈ ਫਿਰ ਤੁਹਾਨੂੰ ਉੱਥੋਂ ਇੱਦਾਂ ਲਿਜਾ ਕੇ ਕਰੂਸ ਤੱਕ ਛੱਡ ਦਿੰਦੇ ਆ ਫਿਰ ਐਂਟਰੀ ਕਰੋ ਅੰਦਰ ਫ੍ਰੀ ਮੀਲ ਸ਼ਰਾਬ ਫ੍ਰੀ ਆ ਅਤੇ ਹਾਂ ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਮਰਜ਼ੀ
ਓਕੇ ਜੀ ਗੋਆ ਦੇ ਕਸੀਨੋ ਭਾਈ ਤਾਂ ਮੈਂ ਨਹੀਂ ਜਾਊਂਗਾ ਕਿਉਂਕਿ ਮੈਂ ਹੁਣ ਉਹਨੂੰ ਮੀਲ ਕਰਕੇ ਹਟਿਆ ਅਤੇ ਫਿਰ ਫਾਇਦਾ ਨਹੀਂ ਨਾ ਜਾਊਂਗਾ ਜ਼ਰੂਰ ਇੱਕ ਵਾਰੀ ਐਕਸਪੀਰੀਅੰਸ ਕਰਨਾ ਤਾਂ ਬਣਦੇ ਹੈ ਯਾਰ ਇਹ ਰਿਹਾ ਜਨਾਬ ਮੀਰਾ ਮਾਰ ਬੀਚ ਕੋਈ ਵੀ ਬੀਚ ਚਲ ਜਾਓ ਯਾਰ ਮਤਲਬ ਬਹੁਤ ਹੀ ਜ਼ਿਆਦਾ ਸੋਹਣਾ ਯਾਰ ਸਾਫ਼ ਸੁਥਰੇ ਮੈਂ ਤਾਂ ਇਹੀ ਬੋਲ ਬੋਲ ਸੱਚੀ ਪਿਆਰੇ ਬੀਚ ਆ ਯਾਰ ਇੱਥੇ ਗੋਆ ਦੇ ਅੱਜ ਸੰਡੇ ਦਾ ਦਿਨ ਅਤੇ ਇੰਨਾ ਕਰਾਊਡ ਨਹੀਂ ਆਇਆ ਜਿੰਨਾ ਮੈਂ ਐਕਸਪੈਕਟ ਕਰ ਰਿਹਾ ਸੀ ਅਤੇ ਚਲੋ ਐਕਸਪਲੋਰ ਕਰਦੇ ਹਾਂ ਅੱਜ ਥੋੜ੍ਹਾ ਕਲਾਊਡ ਹੀ ਹੋ ਗਿਆ ਬਹੁਤ ਵਧੀਆ ਚੀਜ਼ ਹੈ ਯਾਰ ਕਿ ਪਿਛਲੇ ਦੋ ਤਿੰਨ ਦਿਨ ਬਹੁਤ ਜ਼ਬਰਦਸਤ ਗਰਮੀ ਪਈ ਬਹੁਤ ਬਿਹਤਰ ਹੋ ਗਿਆ ਯਾਰ ਟੈਂਪਰੇਚਰ ਇੱਥੇ ਲਓ ਜਨਾਬ ਅਤੇ ਮੈਨੂੰ ਇਸ ਬੀਚ 'ਤੇ ਫਿਰ ਆਹ ਕਰੂਜ਼ ਵਾਲੇ ਮਿਲ ਗਏ ਛੋਟੀ ਜਿਹੀ ਬੋਟ ਆ ਇਹਨਾਂ ਨੇ ਥੋੜ੍ਹਾ ਜਿਹਾ ਇੱਧਰ ਉੱਧਰ ਘੁਮਾਉਣਾ ਮੈਂ ਕਿਹਾ ਚਲੋ ਅੱਜ ਮੌਸਮ ਵਧੀਆ ਹੈ ਥੈਂਕ ਯੂ ਵੈਰੀ ਮੱਚ ਬ੍ਰੋ ਲਓ ਬਾਈ ਮੈਂ ਜਦੋਂ ਤੱਕ ਗੋਆ ਆਇਆ ਕਰਨਾ ਤਾਂ ਮੈਂ ਕਾਫੀ ਦੇਰ ਤੋਂ ਚਾਹ ਰਿਹਾ ਸੀ ਆਹ ਕਰੂਜ਼ ਵਗੈਰਾ ਬੋਟ ਵਗੈਰਾ ਪਰ ਮੌਕਾ ਹੀ ਨਹੀਂ ਮਿਲਿਆ ਯਾਰ ਇੱਦਾਂ ਉੱਦਾਂ ਚੀਜ਼ਾਂ 'ਚ ਬਿਜ਼ੀ ਰਹੇ ਫਾਈਨਲੀ ਅੱਜ ਮਿਲਿਆ ਸ਼ੁਕਰ ਰੱਬ ਦਾ ਮੌਸਮ ਵੀ ਠੀਕ ਆ ਅਤੇ ਹੋਪਫੁਲੀ ਵਧੀਆ ਨਿਕਲੇ ਇਹ ਆਈਟਮ ਇਹ 300 ਰੁਪਏ ਦੀ ਪਈ ਆ ਬਾਏ ਦਾ ਵੇ ਇਹ ਰਹੀ ਯੈਲੋ ਵਾਲੀ ਆਪਣੀ ਬੋਟ ਅਤੇ ਇੱਕ ਘੰਟੇ ਦਾ ਆ ਵਾਪਸ ਇਹਨਾਂ ਨੇ ਇੱਥੇ ਛੱਡ ਦੇਣਾ ਆ ਇੱਧਰ ਉੱਧਰ ਘੁਮਾ ਕੇ ਅਤੇ ਲੈਟਸ ਡੂ ਇਟ ਦੈਨ ਚਲੋ ਵੈਲਕਮ ਟੂ ਦਾ ਬੋਟ ਆਪਾਂ ਬੈਠਣਾ ਤਾਂ ਹੈ ਨਹੀਂ ਆ ਕਿਉਂਕਿ ਇੱਧਰ ਉੱਧਰ ਵੀਡੀਓ ਬਣਾਉਣੀ ਆ ਇਸ ਕਰਕੇ ਆਪਾਂ ਸਿਰਫ ਆਪਣਾ ਬੈਗ ਹੀ ਰੱਖ ਦਿੰਦੇ ਹਾਂ ਐਂਡ ਵੀ ਆਰ ਗੁੱਡ ਟੂ ਗੋ ਨਿਕਲ ਜਾ ਬਾਈ गोवा के सबसे खूबसूरत बीचों में से एक है मीरामार बीच और इधर मन्ना भाई एमबीबीएस रंगीला भूतनाथ और गोलमाल जैसे सुपर हिट फिल्मों की शूटिंग की गई है तो अभी सबसे पहले हम चलते हैं अरेबियन सी की तरफ इससे पहले और करीब 30 साल पहले इसकी कीमत थी अबाउट 85 करोड़ 30 साल पहले इसकी कीमत थी अबाउट 85 करोड़ ये मतलब पूरा का पूरा अंडरग्राउंड है और इसमें अंडरग्राउंड 16 रूम है और इसी पैलेस में गोविंदा की फिल्म हसीना मान जाएगी मूवी की शूटिंग हुई है अभी पैलेस के ऊपर में देखो माउंटेन के टॉप पे जो व्हाइट कलर की बड़ी सी चर्च है तो व्हाइट कलर की चर्च उस चर्च का नाम है सेंट लॉरेंस चर्च पुर्तगीज टाइम की ये चर्च करीब करीब 400 साल पुरानी है और इसी चर्च के सामने शाहरुख खान की फिल्म जोश मूवी की शूटिंग हुई इस चर्च के सामने जोश मूवी की शूटिंग हुई तो अभी बोट की लेफ्ट साइड देखो बोट की लेफ्ट साइड में ये जेल पूरी की पूरी अंडरग्राउंड जेल है और इसी जेल में वतन के रखवाले और कयामत मूवी की शूटिंग हुई है जो हाइट में दिख रहा आपको 2 विंडो वाला हाइट में 2 विंडो वाला उधर जेंट्स कैदियों को रखा जाता था और जो नीचे लंबी लाइन में रूम है उधर लेडीज कैदियों को रखा जाता था तो अभी जेल के ऊपर में देखो माउंटेन के टॉप पे जो व्हाइट कलर का राउंड पिलर दिख रहा है आपको व्हाइट कलर का राउंड पिलर ये पुर्तगीज टाइप का लाइट हाउस है फिलहाल ये लाइट हाउस नहीं चलता है तो गोवा गवर्नमेंट ने उसके ही राइट साइड में अपना नया लाइट हाउस बनाया लोकेशन पे पहुंचे हैं कहते डॉल्फिन देखते हैं दो बार देखी पर इतनी ज्यादा नहीं सीखी पर वेट कर रहे हैं कि दोबारा ऊपर आए ਬੋਟ ਬਹੁਤ ਹੀ ਸਾਰੇ ਬੋਟ ਇਹਨਾਂ ਨੇ ਉਹ ਜੇਲ ਦਿਖਾਈ ਕੋਈ ਉੱਥੇ ਇੱਕ ਵਿਲਾ ਆ ਉਹ ਦਿਖਾਇਆ ਡੋਲਫਿਨਸ ਦਿਖੀਆਂ ਅਤੇ ਥੋੜ੍ਹਾ ਜਿਹਾ ਗੋਆ ਦੀ ਹਿਸਟਰੀ ਬਾਰੇ ਦੱਸਿਆ ਇਹਨਾਂ ਨੇ ਅਤੇ ਮਸਟ ਡੂ ਥਿੰਗ ਆ ਜੇ ਕਦੀ ਇੱਧਰ ਆਉਂਦੇ ਹਾਂ ਤਾਂ ਸਮਥਿੰਗ ਟੂ ਡੂ ਅੱਛਾ ਜੀ ਇਸ ਬੀਚ ਦੀ ਬੜੀ ਤਾਰੀਫ ਕੀਤੀ ਇਹਨਾਂ ਨੇ ਕਿਹਾ ਕਿ ਬਹੁਤ ਹੀ ਸੋਹਣਾ ਬੀਚ ਆ ਇਹ ਅਤੇ ਇੱਥੇ ਕਾਫੀ ਕਹਿੰਦੇ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਲਓ ਜਨਾਬ ਅਤੇ ਹੁਣ ਆਪਾਂ ਆਏ ਹਾਂ ਡੋਨਾ ਪੋਲਾ ਵਿਊ ਪੁਆਇੰਟ 'ਤੇ ਇਹਦੇ ਬਾਰੇ ਵੀ ਬੜਾ ਸੁਣਿਆ ਮੈਂ ਕਿ ਬਹੁਤ ਵਧੀਆ ਵਿਊ ਆ ਪਰ ਸੇਮ ਹੀ ਯਾਰ ਬਾਕੀ ਸਾਰੇ ਪਾਸੇ ਵੀ
ਬੋਟਸ ਵਗੈਰਾ ਦਾ ਪਤਾ ਕਰਦਾ ਮੈਂ ਜੇ ਸਸਤੀ ਹੋਵੇ ਬਜਟ ਦੇ ਅੰਦਰ ਹੋਵੇ ਤਾਂ ਕਰਦੇ ਹਾਂ ਅਤੇ ਜੇ ਤੁਸੀਂ ਆ ਪੈਰਾਸੇਲਿੰਗ ਵਗੈਰਾ ਕਰਨਾ ਚਾਹੁੰਦੇ ਹਾਂ ਤਾਂ ਇਹ ਪੈਂਦਾ 350 ਰੁਪਏ ਦਾ ਅਤੇ 350 ਤਾਂ ਮੈਂ ਨਹੀਂ ਕਰੂੰਗਾ ਕਿਉਂਕਿ ਅੱਜ ਮੈਂ ਬੋਟ 'ਤੇ ਵੀ ਜਾ ਕੇ ਆਇਆ ਇਸ ਤਰ੍ਹਾਂ ਪੈਸੇ ਲਗਾਉਣ ਲੱਗ ਕੇ ਫਿਰ ਤਾਂ ਹੋ ਗਿਆ ਕੰਮ ਅਤੇ ਮੀਨ ਟਾਈਮ ਮੈਂ ਤਾਂ ਐਕਸਪਲੋਰ ਕਰਦਾ ਇਹਦੇ ਆਲੇ ਦੁਆਲੇ ਕੀ ਆ ਕੁਝ ਐਡਾ ਖਾਸ ਨਹੀਂ ਹੈਗਾ ਯਾਰ ਇਹ ਵਿਊ ਪੁਆਇੰਟ ਏਰੀਆ ਮੈਨੂੰ ਇੰਨਾ ਵਧੀਆ ਨਹੀਂ ਲੱਗਾ ਜਿੱਦਾਂ ਪਿੱਛੇ ਉਹ ਘੱਟ ਗਿਆ ਉਹਦੇ ਉੱਪਰ ਇੱਦਾਂ ਹੋਟਲ ਵਗੈਰਾ ਬਣਾ ਰੱਖਿਆ ਅਤੇ ਇੱਧਰ ਖਾਣ ਪੀਣ ਦਾ ਸਮਾਨ ਹੈ ਅਤੇ ਇੱਧਰ ਸਮਾਨ ਪ੍ਰੀਟੀ ਮੱਚ ਦੈਟਸ ਅਬਾਊਟ ਇਟ ਮਤਲਬ ਇਸ ਤੋਂ ਜ਼ਿਆਦਾ ਵਧੀਆ ਵਿਊ ਹੈ ਇੱਧਰ ਇਹ ਮੈਂ ਸਰਚ ਕੀਤਾ ਸੀ ਟੋਪ 'ਚ ਆਉਂਦਾ ਸੀ ਕਿ ਇੱਥੇ ਵਿਊ ਪੁਆਇੰਟ ਸੋਹਣਾ ਆ ਵਧੀਆ ਨਹੀਂ ਲੱਗਾ ਬਾਕੀ ਤੁਹਾਡੀ ਮਰਜ਼ੀ ਖਾਤ ਪਸੰਦ ਆਇਆ ਤਾਂ ਦੇਖ ਲਿਓ ਨਹੀਂ ਤਾਂ ਲੱਗੋ ਨਹੀਂ ਕਿਆ ਸ਼ਾਨਦਾਰ ਗਾਰਡਨ ਹੈ ਯਾਰ ਮਤਲਬ ਕਿ ਮੈਂ ਨੋਟ ਕੀਤਾ ਕਿ ਜਿਹੜਾ ਸਾਊਥ ਗੋਆ ਨਾ ਉਹ ਇੱਦਾਂ ਲੱਗਦਾ ਜਿੱਦਾਂ ਕੋਈ ਵੈਸਟਰਨ ਆਪਾਂ ਕੰਟਰੀ 'ਚ ਆਏ ਹੁੰਦੇ ਹਾਂ ਉਸ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਥੋੜ੍ਹਾ ਜਿਹੜਾ ਨੌਰਥ ਗੋਆ ਆ ਉਹ ਥੋੜ੍ਹਾ ਬਜਟ ਟਰੈਵਲ ਵਾਸਤੇ ਜਿੱਦਾਂ ਮੈਂ ਉੱਧਰ ਹੀ ਰਹਿ ਰਿਹਾ ਹੋਸਟਲਸ ਵਗੈਰਾ ਉੱਧਰ ਹੀ ਜਿਹੜੇ 5-star ਹੋਟਲਸ ਆ ਜਾਂ ਬਿਗ ਬ੍ਰਾਂਡਸ ਉਹ ਸਾਰੇ ਇੱਧਰ ਹੀ ਆ ਸੋਹਣੀ ਪਾਰਕ ਆ ਯਾਰ ਸ਼ਾਮ ਨੂੰ ਆਏ ਬੈਠੇ ਹੁਣ ਐਕਚੁਲੀ ਵੈਦਰ ਬਹੁਤ ਵਧੀਆ ਹੋ ਗਿਆ ਤਕਰੀਬਨ ਕੀ ਟਾਈਮ ਹੋ ਗਿਆ ਹਾਂ 6 ਵਜੇ ਵਾਲੇ ਆ ਅੱਜ ਵੈਦਰ ਵਧੀਆ ਰਿਹਾ ਅਤੇ ਚਲੋ ਇੱਕ ਤਾਂ ਚੱਕਰ ਮਾਰਦੇ ਹਾਂ ਪਾਰਕ ਦਾ ਪੂਰਾ ਦਿਨ ਘੁੰਮ ਘੁੰਮਾ ਕੇ ਆਪਾਂ ਫਿਰ ਉੱਥੇ ਪਹੁੰਚ ਗਏ ਹਾਂ ਜਿੱਥੇ ਆਪਣੇ ਰਿਵਰ ਕਸੀਨੋ ਵਗੈਰਾ ਹੈ ਅਤੇ ਟਰਾਈ ਮਾਰਦੇ ਹਾਂ ਦੇਖਦੇ ਹਾਂ ਤਾਂ ਪਤਾ ਕਰਦਾ ਯਾਰ ਸਭ ਤੋਂ ਵਧੀਆ ਕਸੀਨੋ ਕਿਹੜਾ ਇਹਦੇ ਵਿੱਚ ਉਹ ਐਕਚੁਲੀ ਮੈਨੂੰ ਵਧੀਆ ਲੱਗ ਰਿਹਾ ਹਵਾਲਾ ਜ਼ਬਰਦਸਤ ਆ ਟੋਪ ਟੈਕ ਵੀ ਉੱਪਰ ਉਹ ਲੋਕ ਖੜ੍ਹੇ ਨੇ ਉੱਪਰ ਦੇਖਦੇ ਹੁਣ ਤਾਂ ਹਾਂ ਦੇਖਣਾ ਚਾਹੁੰਦੇ ਹਾਂ ਉਹ ਇਸ ਸ਼ਿਪ ਦੇ ਉੱਪਰ ਵੀ ਹੈ ਅੱਛਾ ਨਾ ਤਾਂ ਮੈਨੂੰ ਇੰਨਾ ਕੋਈ ਖਾਸ ਲੱਗ ਨਹੀਂ ਰਿਹਾ ਟੂਬੀ ਹੋਣਾ ਸੋ ਸਕਦਾ ਅੰਦਰ ਬਹੁਤ ਵਧੀਆ ਹੋਵੇ ਐਕਚੁਲੀ ਆਈ ਨੀਡ ਟੂ ਗੂਗਲ ਫਸਟ ਕਿਹੜਾ ਪਿੱਕ ਕਰਨਾ ਚਾਹੀਦਾ ਓਕੇ ਅਤੇ ਆਪਣੀ ਛੋਟੀ ਜਿਹੀ ਸ਼ਿਪ ਜਾ ਰਹੀ ਆ ਲੋਕਾਂ ਨੂੰ ਇਸ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਲੈ ਕੇ ਜਾਣ ਲਈ ਤੁਸੀਂ ਕਾਰ ਵੀ ਟਰਾਂਸਪੋਰਟ ਕਰ ਸਕਦੇ ਹਾਂ ਆਈ ਥਿੰਕ ਇਹ ਵਾਲੇ ਉਹ ਕਰੂਜ਼ ਨਹੀਂ ਹੈਗੇ ਜਿਹੜੇ ਸੋਰੀ ਸ਼ਿਪ ਨਹੀਂ ਹੈਗੇ ਜਿਹੜੇ ਮੈਨੂੰ ਕਰੂਜ਼ 'ਤੇ ਲੈ ਕੇ ਜਾਊਗੇ ਆਹ ਜੂਆ ਕਿਲੇ ਲਈ ਪਤਾ ਕਰਦੇ ਹਾਂ ਤੁਹਾਨੂੰ ਵੈਰੀ ਨਾਈਸ ਥਿੰਗ ਤੁਸੀਂ ਹੈ ਓਕੇ ਤਾਂ ਫਿਰ ਮੈਂ ਆਹ ਕਸੀਨੋ ਚੂਜ਼ ਕੀਤਾ ਯਾਰ ਲੈਟਸ ਇੰਜੋਏ ਲਓ ਯਾਰ ਉਹ ਮੈਂ ਫਿਰ ਲਾਸਟ ਵਾਲੇ ਕਸੀਨੋ ਨਹੀਂ ਗਿਆ ਕਿਉਂਕਿ ਯਾਰ ਉਹਦੀ ਫੀਸ ਸੀਗੀ 3500 ਰੁਪਇਆ ਐਂਟਰੀ ਲਈ ਇਹਦੇ ਵਿੱਚ ਹੈਗਾ ਯਾਰ 2000 ਤਾਂ ਵਾਈ ਨੋਟ ਗਿਵ ਇਟ ਅ ਗੋ ਇਨ 2001 ਯਾਰ ਲਓ ਜਨਾਬ ਅਤੇ ਟਿਕਟ ਕੁਛ ਇਸ ਤਰ੍ਹਾਂ ਆਇਆ ਇਹਦੀ ਕਸੀਨੋ ਕਿਹੜਾ ਸੀ ਕਸੀਨੋ ਪ੍ਰਾਈਡ ਕਰਕੇ ਠੀਕ ਆ ਇਹਦੀ ਟਿਕਟ ਹੈ 1500 ਰੁਪਇਆ ਮੰਡੇ ਟੂ ਥਰਸਡੇ ਫਰਾਈਡੇ ਟੂ ਸੰਡੇ 2000 ਅੱਜ 2000 ਦਿੱਤਾ ਪਰ ਜੋ ਤੁਸੀਂ 2000 ਦੀ ਟਿਕਟ ਲੈਂਦੇ ਆ ਅਤੇ ਉਹ ਨਾਲ ਫਿਰ ਤੁਹਾਨੂੰ ਆ 500-500 ਦੇ ਦੋ ਵਾਊਚਰ ਦੇ ਦਿੰਦੇ ਆ ਇਹਨੂੰ ਤੁਸੀਂ ਅੰਦਰ ਜਾ ਕੇ ਕੋਇਨਸ ਵਿੱਚ ਚੇਂਜ ਕਰ ਸਕਦੇ ਹਾਂ ਅਤੇ ਫਿਰ ਆਪਣਾ ਗੈਂਬਲ ਸਟਾਰਟ ਕਰ ਸਕਦੇ ਹਾਂ ਇਹਦੇ ਨਾਲ ਉਹਨਾਂ ਨੇ ਕਿਹਾ ਫ੍ਰੀ ਫੂਡ ਆ ਐਲਕੋਹਲ ਵਾਈਲ ਪਲੇਇੰਗ ਅਤੇ ਇਹ ਸਵੇਰੇ 6 ਵਜੇ ਤੱਕ ਵੈਲਿਡ ਆ ਇੱਦਾਂ ਪਤਾ ਨਹੀਂ ਇਸਨੇ ਕਿਉਂ ਕਿਹਾ ਕਿ 6 ਵਜੇ ਤੱਕ ਵੈਲਿਡ ਆ ਅਤੇ ਹੁਣੀ ਇੱਧਰ ਛੋਟੀ ਜਿਹੀ ਕਿਸ਼ਤੀ ਲੈ ਕੇ ਜਾਊਗੀ ਅੰਦਰ ਉਹ ਕਰੂਜ਼ ਤੱਕ ਉਸ ਤੋਂ ਬਾਅਦ ਬੈਸਟ ਆਫ ਲੱਕ ਨੂੰ ਫਿਰ ਆਪਾਂ ਉੱਥੋਂ ਟਿਕਟ ਲਿੱਤੀ ਸੀਗੀ ਇੱਥੇ ਸਿਕਿਉਰਟੀ ਚੈੱਕ ਹੋਈ ਹੋਈ ਫਿਰ ਆਪਾਂ ਇਸ ਛੋਟੀ ਜਿਹੀ ਬੋਟ ਵਿੱਚ ਆ ਗਏ ਹਾਂ ਅਤੇ ਇਹ ਹੁਣ ਬੋਟ ਸਾਨੂੰ ਅੱਗੇ ਲੈ ਕੇ ਜਾਊਗੀ ਆਪਣਾ ਕਸੀਨੋ ਤੱਕ ਅੱਛਾ ਦੋ ਕਸੀਨੋ ਆ ਯਾਰ ਇੱਥੇ ਜਿੱਦਾਂ ਕਸੀਨੋ ਪ੍ਰਾਈਡ ਵਾਲਾ ਇਹ ਹੈਗਾ ਪੁਰਾਣੇ ਵਾਲਾ ਆਪਾਂ ਨਵੇਂ ਵਾਲੇ 'ਤੇ ਚੱਲਦੇ ਹਾਂ ਉਹ ਥੋੜ੍ਹਾ ਅੱਗੇ ਆ ਉਹ ਹਜੇ ਕਹਿੰਦੇ 1 ਮਹੀਨੇ ਗਾਇਆ ਉਸ ਕਰੂਜ਼ ਨੂੰ ਆਏ ਨਹੀਂ ਮੈਂ ਕਿਹਾ ਵਾਈ ਨੋਟ ਕਿਵ ਇਟ ਅ ਗੋ ਦੈਨ ਨਵੇਂ ਵਾਲੇ 'ਚ ਆਹ ਮੈਂ ਕਹਿਣਾ ਚਾਹ ਰਿਹਾ ਸੀ ਇਹ ਹੈਗਾ ਪੁਰਾਣੇ ਵਾਲਾ ਕਸੀਨੋ ਅਤੇ ਆਹ ਵਾਲਾ ਨਵੇਂ ਵਾਲਾ ਆਫਕੋਰਸ ਬੜੀ ਆਲ ਗੋਇਨ ਨਵੇਂ ਵਾਲਾ ਆਫਕੋਰਸ ਲੁੱਕ ਐਟ ਦੈਟ ਬ੍ਰੋ ਇਟ ਜਸਟ ਲੁੱਕਸ ਸੋ ਅਮੇਜ਼ਿੰਗ ਆਈ ਵਾਓ ਜਸਟ ਸਟਨਿੰਗ ਆਲਰਾਈਟ ਜਨਾਬ ਵੈਲਕਮ ਟੂ ਕਸੀਨੋ ਪ੍ਰਾਈਡ ਓਕੇ ਅਤੇ ਮੈਂ ਹੁਣ ਕਰੂਜ਼ ਦੇ ਅੰਦਰ ਹਾਂ ਅਤੇ ਇੱਥੇ 4 ਫਲੋਰ ਆ ਪਹਿਲਾ ਦੂਜਾ ਤੀਜਾ ਇਹ ਹੈਗਾ ਤੀਸਰਾ ਫਲੋਰ ਇੱਥੇ ਖਾਣ ਦਾ ਪ੍ਰਬੰਧ ਆ ਪੂਰਾ ਅਤੇ ਜਿੱਦੇ ਮੈਂ ਇੱਥੇ ਆਇਆ ਅਤੇ ਇਹਨਾਂ ਨੇ ਮੈਨੂੰ ਹਰ ਸਿੱਕਾ ਦਿੱਤਾ ਇੱਦਾਂ ਦਾ ਸਿੱਕਾ ਮਿਲਦਾ ਇੱਥੇ ਇੱਕ ਹੋ ਗਿਆ 1000 ਦਾ ਅਤੇ ਇੱਕ ਹੋ ਗਿਆ 500 ਦਾ ਅਤੇ ਜਿਹੜੇ ਮੈਂ ਪੈਸੇ ਖੇਲੇ ਨਹੀਂ ਸੀ ਜਿਹੜਾ ਮੈਨੂੰ 1000 ਕੰਪਲੀਮੈਂਟਰੀ ਮਿਲਿਆ ਸੀ ਉਹ 'ਚੋਂ ਜਿੱਤਿਆ ਮੈਂ ਯਾਨੀ 1500 ਹੋ ਗਿਆ
ਤੇ ਕਾਹਦੇ ਹੋਣੀ ਪਰ ਮੈਂ ਜ਼ਿਆਦਾ ਖਰਚੂੰਗਾ ਨਹੀਂ ਮੈਂ ਤਾਂ ਖਾਣ ਆਇਆ ਤਾਂ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਕੀ ਆ ਖਾਣ ਦੇ ਲਈ ਜਿਹੜਾ ਕਸੀਨੋ ਵਾਲਾ ਏਰੀਆ ਉਹਦੇ ਵਿੱਚ ਕੈਮਰਾ ਅਲਾਊਡ ਨਹੀਂ ਹੈਗਾ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਚਲੋ ਮੈਂ ਇੱਥੇ ਤੁਹਾਨੂੰ ਹੈਵ ਅ ਲੁੱਕ ਕਰਾ ਦਿੰਦਾ ਕੀ ਨਹੀਂ ਭਾਈ ਸਾਹਿਬ ਡੈਕੋਰੇਸ਼ਨ ਦੇ ਲਈ ਇਸ ਕਰੂਸ ਨੂੰ ਤਾਂ 10 ਆਊਟ ਆਫ 10 ਦੇਣੇ ਹੀ ਪੈਣੇ ਆ ਯਾਰ ਆਈ ਮੀਨ ਕਮ ਔਨ ਹਾਊ ਅਬਾਊਟ ਲੁੱਕ ਐਟ ਦੈਟ ਬ੍ਰੋ ਜਸਟ ਲੁੱਕ ਸੋ ਸਟਨਿੰਗ ਅਮੇਜ਼ਿੰਗ ਯਾਰ ਸੋ ਪ੍ਰੀਟੀ ਤੇ ਸਭ ਤੋਂ ਪਹਿਲਾਂ ਤਾਂ ਹੋ ਗਿਆ ਸੈਲਡਸ ਵਗੈਰਾ ਆਪਣੇ ਆਹ ਹੋ ਗਿਆ ਦਹੀਂ ਜਨਾਬ ਅਤੇ ਪਿਆਜ਼ ਖੀਰੇ ਟਮਾਟਰ ਕੈਰਟਸ ਬੀਨਸ ਅੱਛਾ ਜੇ ਇੱਧਰਲੇ ਪਾਸੇ ਹੈਗੀਆਂ ਤਾਂ ਮੈਂ ਮਿੱਠਾ ਦਿਖਾਉਂਦੀ ਹੈ ਇਹ ਰਿਹਾ ਮਿੱਠਾ ਓਏ ਹੋਏ ਹੋਏ ਕਿਆ ਜ਼ਬਰਦਸਤ ਲੱਗ ਰਹੀ ਹੈ ਯਾਰ ਵਾਲੀ ਆਈਸਕ੍ਰੀਮ ਆਈ ਸਵੇਅਰ ਅ ਗੁੱਡ ਬ੍ਰੋ ਲੁਕਿੰਗ ਸਟਨਿੰਗ ਅੱਛਾ ਇਹ ਸਾਰਾ ਕੰਪਲੀਮੈਂਟਰੀ ਮੈਂ ਜਿੱਦਾਂ ਮੈਂਸ਼ਨ ਕੀਤਾ ਸੀਗਾ ਜਿੰਨਾ ਮਰਜ਼ੀ ਖਾਓ ਜਿੰਨੀ ਮਰਜ਼ੀ ਓਏ ਹੋਏ ਆ ਗਿਆ ਰਸਗੁੱਲਾ ਵਾਓ ਓਕੇ ਓਏ ਆਹ ਆਈਸਕ੍ਰੀਮ ਬਹੁਤ ਖਤਰਨਾਕ ਹੈ ਬਾਈ ਲਓ ਜਨਾਬ ਅਤੇ ਖਾਣ ਦੇ ਵਿੱਚ ਹੈ ਰਾਈਸ ਹੋ ਗਏ ਸਿੰਪਲ ਰਾਈਸ ਠੀਕ ਆ ਨਾਲ ਹੋ ਗਿਆ ਪ੍ਰੋਨ ਬਿਰਿਆਨੀ ਪ੍ਰੋਨ ਸਭ ਦਿਖੇ ਨਹੀਂ ਹਾਂ ਹੈ ਦੋ ਤਿੰਨ ਚਿਕਨ ਅਚਾਰੀ ਮਟਨ ਕੀਮਾ ਵੈਰੀ ਨਾਈਸ ਮੀਨਸ ਬੀਫ ਠੀਕ ਆ ਦਾਲ ਹੋ ਗਈ ਸਿੰਪਲ ਜੀ ਯੈਲੋ ਦਾਲ ਹੋ ਮਾਈ ਫੇਵਰੇਟ ਬ੍ਰੋ ਸਬਜ਼ੀ ਦੋ ਪਿਆਜ਼ਾ ਨਾਈਸ ਫਿਰ ਆ ਗਿਆ ਆਲੂ ਸਰਸੋਂ ਵਾਲਾ ਵਾਓ ਯਾਰ ਬਹੁਤ ਸੋਹਣੀ ਲੱਗ ਰਹੀ ਆ ਸਬਜ਼ੀ ਫਿਰ ਹੈ ਪਨੀਰ ਭੁਰਜੀ ਵਾਓ ਅਤੇ ਆਖਿਰ ਵਿੱਚ ਹੈ ਕਰਡ ਰਾਈਸ ਓਕੇ ਬਣਾ ਲਓ ਬਾਈ ਕਰੂਜ਼ ਦੇ ਵਿੱਚ ਗੋਲ ਗੱਪਿਆਂ ਦਾ ਵੀ ਪ੍ਰਬੰਧ ਆ ਵੈਰੀ ਵੈਲ ਡਨ ਜਿਹੜਾ ਮੈਂ ਤੁਹਾਨੂੰ ਹੁਣੀ ਨਹੀਂ ਬਫੇ ਨਹੀਂ ਦਿਖਾਇਆ ਉਸ ਤੋਂ ਤੁਸੀਂ ਆਪਣਾ ਸਮਾਨ ਚੱਕੋ ਅਤੇ ਕੋਈ ਵੀ ਟੇਬਲ ਮੱਕੋ ਅਤੇ ਬੈਠੋ ਅਤੇ ਇੰਜੋਏ ਕਰੋ ਅਤੇ ਤੁਹਾਨੂੰ ਜਿਹੜਾ ਆਹ ਕਾਰਡ ਆ ਆਈ ਥਿੰਕ ਇਹ 12 ਘੰਟੇ ਲਈ ਆ ਅਤੇ ਜਿੰਨੀ ਮਰਜ਼ੀ ਨੀਚੇ ਜਾਓ ਨੀਚੇ ਸ਼ਰਾਬ ਅਲਾਊਡ ਆ ਇੱਥੇ ਸ਼ਰਾਬ ਅਲਾਊਡ ਨਹੀਂ ਹੈਗੀ ਇੱਥੇ ਹੈ ਬਾਹਰ ਪਰ ਇੱਥੇ ਤੁਹਾਨੂੰ ਪੇ ਕਰਨੇ ਪੈਣੇ ਆ ਨੀਚੇ ਆਰਾਮ ਨਾਲ ਤੁਹਾਨੂੰ ਫ੍ਰੀ ਮਿਲ ਜਾਣੀ ਆ ਉਹ ਨੋਰਮਲ ਬ੍ਰਾਂਡਸ ਬਲੈਕ ਲੇਬਲ ਜਾਂ ਬਲੂ ਲੇਬਲ ਦਾ ਕੋਰਸ ਤੁਹਾਨੂੰ ਪੇ ਕਰਨੇ ਹੀ ਪੈਣੇ ਆ ਉਹ ਜ਼ਿਆਦਾ ਹੀ ਪ੍ਰੀਮੀਅਮ ਹੋ ਜਾਂਦਾ ਕੰਮ ਚਲੋ ਖਾਣਾ ਟੇਸਟ ਕਰਦੇ ਹਾਂ ਲੋ ਜਨਾਬ ਅਤੇ ਇਹ ਰਿਹਾ ਅੱਜ ਦਾ ਖਾਣਾ ਆਪਣਾ ਮੀਨਸ ਕੀਮਾ ਭੁੱਲ ਗਿਆ ਜੀ ਉਹਦਾ ਨਾਮ ਕੀ ਸੀ ਅੱਛਾ ਚਿਕਨ ਅਚਾਰੀ ਬੀਨਸ ਐਂਡ ਪਲੈਂਟੀ ਆਫ ਸੈਲਡ ਐਂਡ ਕਪਲ ਆਫ ਬ੍ਰੈਡਸ ਦੈਟਸ ਇਟ ਲੋ ਜਨਾਬ ਸਭ ਤੋਂ ਪਹਿਲਾਂ ਆਪਾਂ ਟਰਾਈ ਕਰਾਂਗੇ ਆਪਣਾ ਕੀਮਾ ਇੰਨਾ ਵਧੀਆ ਨਹੀਂ ਹੈਗਾ ਜਿੱਦਾਂ ਯਾਰ ਤੁਸੀਂ ਇੱਥੇ ਆਉਂਦੇ ਆ ਨਾ ਇੱਥੇ ਕਸੀਨੋ 'ਚ ਤੁਹਾਡੇ ਲਈ ਨਾ ਇੱਕ ਬੰਦਾ ਤਾਂ ਖੋਲ੍ਹ ਕੇ ਬੈਠਾ ਹੁੰਦਾ ਗੇਮਿੰਗ ਏਰੀਆ ਬ੍ਰੋ ਲਓ ਜਨਾਬ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਯਾਰ ਕਸੀਨੋ ਜਾਣ ਦਾ ਇੰਡੀਆ 'ਚ ਪਹਿਲੀ ਵਾਰ ਗਿਆ ਮੈਂ ਹੋਰ ਵੀ ਮਜ਼ਾ ਆਉਂਦਾ ਜੋ ਤੁਸੀਂ ਵਿਨਿੰਗ ਦੇ ਨਾਲ ਬਾਹਰ ਆਉਂਦੇ ਆ ਚਾਹੇ ਛੋਟੀ ਵਿਨਿੰਗ ਅਮਾਊਂਟ ਸੀ ਪਰ ਫਿਰ ਵੀ ਚਲੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕਹਿੰਦੇ ਨਹੀਂ ਅਤੇ 12:30 ਹੋ ਗਏ ਰਾਤ ਦੇ ਅਤੇ ਹੁਣ ਆਪਾਂ ਨੂੰ ਤਕਰੀਬਨ ਇੱਥੋਂ ਲੱਗ ਜਾਣੇ 40 ਮਿੰਟ ਆਪਣੇ ਹੋਸਟਲ ਤੱਕ ਜਾਣ ਲਈ ਠੀਕ ਆ ਨਾਈਸ ਐਕਸਪੀਰੀਅੰਸ ਇੱਥੇ ਆਪਣੇ ਇੰਡੀਆ 'ਚ ਰੂਲ ਹੈ ਨਾ ਇਹ ਕਿ ਲੈਂਡ ਉੱਪਰ ਕੋਈ ਵੀ ਕਸੀਨੋ ਨਹੀਂ ਹੋ ਸਕਦਾ ਅਤੇ ਇਹਨਾਂ ਨੇ ਫਿਰ ਕਸੀਨੋ ਰਿਵਰ ਦੇ ਉੱਪਰ ਬਣਾ ਦਿੱਤੇ ਆ ਆਹ ਪੂਰੀ ਰਿਵਰ ਜਿਹੜੀ ਆ ਇਹ ਮੰਦੋਵੀ ਰਿਵਰ ਇਹਦੇ ਨਾਮ 'ਤੇ ਕਸੀਨੋ ਆ ਮਤਲਬ ਕਰੂਜ਼ ਵਗੈਰਾ ਜਾਂ ਜਿੱਦਾਂ ਇਹਨਾਂ ਨੇ ਆਹ ਬਣਾ ਰੱਖਿਆ ਆ ਬਿਗ ਡੈਡੀ ਕਸੀਨੋ ਉਸ ਤੋਂ ਪਿੱਛੇ ਹੋਰ ਵੀ ਆ ਮੈਂ ਗਿਣੇ ਤਾਂ ਹੈ ਨਹੀਂ ਪਰ ਆਈ ਥਿੰਕ ਮੋਰ ਦੈਨ 10 ਕਸੀਨੋ ਇੱਥੇ ਈਜ਼ੀਲੀ